ਇੰਡੀਅਨ ਯੂਨੀਅਨ ਪੰਜਾਬ ਵੱਲੋਂ ਇੱਕ ਪ੍ਰੋਗਰਾਮ ਮਲੇਰਕੋਟਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਦੇ ਕਈ ਕੋਨਿਆਂ ਤੋਂ ਅਹੁਦੇਦਾਰਾਂ ਦੇ ਨਾਲ ਨਾਲ ਈਟੀ ਮੁਹੰਮਦ ਬਸੀਰ MP ਕੇਰਲਾ ਵੀ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਰੋਹਿੰਗਿਆ ਮੁਸਲਮਾਨ ਆਤੰਕਵਾਦੀ ਨਹੀਂ ਹਨ, ਇਸ ਲਈ ਇਹਨਾਂ ਨੂੰ ਪਨਾਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਸ਼ਰਨਾਰਥੀ ਹਨ। ਉਹਨਾਂ ਨੇ ਕਿਹਾ ਕਿ ਬਾਬਰੀ ਮਸਜਿਦ ਦਾ ਜੋ ਮਾਮਲਾ ਹੈ ਉਸ ਨੂੰ ਅਦਾਲਤ ਹੀ ਹੱਲ ਕਰੇਗੀ। ਲੈਟ ਦਮ ਡੂ ਦਰ ਐਫਰਟ ਇਨ ਦੈਟ ਵੇ, ਬਟ ਵੀ ਹੈਵ ਮੇਨਟੇਨ ਦ ਸਟੈਂਡ ਦੈਟ ਇਟ ਇਜ਼ ਅਪ ਟੂ ਦੀ ਕੋਰਟ ਟੂ ਡਿਸਾਈਡ ਫਾਈਨਲੀ। We have already stated that we will follow the direction of the court, and that was a stand taken by us. Still we see that the court only can finally decide that. Many compromise effort may do, they let them do it, but our stand is very clear. We depends upon the final verdict of the court. Malerkotla to Sukha Khan, the report, Channel 2.